ਸ੍ਰੀ ਅਕਾਲ ਪਿਆਰੇ ਬੱਚਿਓ 100 ਦਿਨਾ ਪੜਨ ਮਹੀਮ ਦੇ 7ਵੇਂ ਹਫਤੇ ਵਿੱਚ ਮੈਂ ਗੁਰਪ੍ਰੀਤ ਕੌਰ ਨੰਨੇ-ਮੁੰਨੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਬੱਚਿਓ 100 ਦਿਨਾ ਪੜਨ ਮਹੀਮ ਯਾਨੀ ਕਿ ਹਰ ਹਫਤੇ ਨਵੀਆਂ-ਨਵੀਆਂ ਕਹਾਣੀਆਂ ਰਾਹੀਂ ਮਨੋਰੰਜਨ ਅਤੇ ਪੜਨ ਪ੍ਰਕਿਰਿਆ ਦਾ ਅਭਿਆਸ ਆਓ ਫਿਰ ਅੱਜ ਦੀ ਕਹਾਣੀ ਦੇਖੀਏ ਕਹਾਣੀ ਦਾ ਨਾਂ ਹੈ ਚੁੰਨੀ-ਮੁੰਨੀ ਨਹੀਂ ਜੀ ਨਹੀਂ ਇਹ ਕੋਈ ਲੜਕੀਆਂ ਨਹੀਂ ਬਲਕਿ ਦੋ ਕਿਰਲੀਆਂ ਹਨ ਜਿਨ੍ਹਾਂ ਨੂੰ ਤੁਸੀਂ ਛਿਪਕਲੀਆਂ ਵਿਆਖ ਦਿਓ ਇਹ ਦੋ ਕਿਰਲੀਆਂ ਰਾਜਨ ਅਤੇ ਕਾਜਲ ਦੇ ਘਰ ਰਹਿੰਦੀਆਂ ਹਨ ਬਾਕੀ ਦੀ ਕਹਾਣੀ ਤੁਸੀਂ ਆਪ ਹੀ ਦੇਖ ਲਓ ਚੁੰਨੀ मुन्नी ਰਾਜਨ मुन्नी ਚੁੰਨੀ ਕਾਜਲ ਰਾਜਨ ਅਤੇ ਕਾਜਲ ਦੇ ਘਰ ਦੋ ਕਿਰਲੀਆਂ ਰਹਿੰਦੀਆਂ ਸਨ ਇੱਕ ਕਿਰਲੀ ਚਿੱਟੇ ਰੰਗ ਦੀ ਸੀ ਦੂਜੀ ਕਿਰਲੀ ਕਾਲੇ ਰੰਗ ਦੀ ਸੀ ਦੋਵੇਂ ਕਿਰਲੀਆਂ ਘਰ ਦੀਆਂ ਕੰਧਾਂ ਨਾਲ ਚਿਪਕੀਆਂ ਰਹਿੰਦੀਆਂ ਸਨ ਰਾਜਨ ਤੇ ਕਾਜਲ ਨੂੰ ਕਿਰਲੀਆਂ ਚੰਗੀਆਂ ਲੱਗਦੀਆਂ ਸਨ ਉਨ੍ਹਾਂ ਨੇ ਕਿਰਲੀਆਂ ਦੇ ਨਾਂ ਵੀ ਰੱਖੇ ਹੋਏ ਸਨ ਉਹ ਚਿੱਟੀ ਕਿਰਲੀ ਨੂੰ ਚੁੰਨੀ ਕਹਿੰਦੇ ਸਨ ਕਾਲੀ ਕਿਰਲੀ ਦਾ ਨਾਂ ਮੁੰਨੀ ਸੀ ਚੁੰਨੀ ਤੇ ਮੁੰਨੀ ਪੂਰੇ ਘਰ ਦੀਆਂ ਕੰਧਾਂ ਤੇ ਘੁੰਮਦੀਆਂ ਰਹਿੰਦੀਆਂ ਸਨ ਉਹ ਇੱਕ ਦੂਜੇ ਦੇ ਪਿੱਛੇ ਭੱਜਦੀਆਂ ਰਹਿੰਦੀਆਂ ਸਨ ਉਹ ਕਦੇ-ਕਦੇ ਛੱਤ ਨਾਲ ਪੁੱਠੀਆਂ ਚਿਪਕੀਆਂ ਵਿਖਾਈ ਦਿੰਦੀਆਂ ਸਨ ਕਾਜਲ ਤੇ ਰਾਜਨ ਕੰਮ ਛੱਡ ਕੇ ਉਹਨਾਂ ਨੂੰ ਵੇਖਦੇ ਰਹਿੰਦੇ ਸਨ ਕਦੇ-ਕਦੇ ਚੁੰਨੀ ਮੁੰਨੀ ਗਾਇਬ ਹੋ ਜਾਂਦੀਆਂ ਸਨ ਕਾਜਲ ਉਹਨਾਂ ਨੂੰ ਪੂਰਾ ਦਿਨ ਪਾਲਦੀ ਰਹਿੰਦੀ ਸੀ। ਰਾਜਨ ਤੋਂ ਵੀ ਉਹ ਲੱਭੀਆਂ ਨਾ ਜਾਂਦੀਆਂ। ਚੁੰਨੀ-ਮੁੰਨੀ ਪਤਾ ਨਹੀਂ ਕਿਸ ਖੁੰਝੇ ਵਿੱਚ ਲੁਕ ਜਾਂਦੀਆਂ ਸਨ। ਚੁੰਨੀ ਤੇ ਮੁੰਨੀ ਰਾਤ ਨੂੰ ਆਵਾਜ਼ਾਂ ਕੱਢਦੀਆਂ ਸਨ। ਰਾਜਨ ਨੂੰ ਲੱਗਦਾ ਜਿਵੇਂ ਉਹ ਉਸ ਨਾਲ ਗੱਲਾਂ ਕਰ ਰਹੀਆਂ ਹੋਣ। ਰਾਜਨ ਕਈ ਵਾਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹ ਚੁੰਨੀ ਤੇ ਮੁੰਨੀ ਦੀ ਤਰ੍ਹਾਂ ਆਵਾਜ਼ ਕੱਢਦਾ ਸੀ ਚੁੰਨੀ ਤੇ ਮੁੰਨੀ ਕਈ ਵਾਰ ਬਹੁਤ ھیਠਾਂ ਆ ਜਾਂਦੀਆਂ ਸਨ ਉਹ ਜ਼ਮੀਨ ਤੇ ਵੀ ਤੋੜਦੀਆਂ ਸਨ ਕਾਜਲ ਨੇ ਉਹਨਾਂ ਨੂੰ ਰਸੋਈ ਵਿੱਚ ਵੀ ਵੇਖਿਆ ਸੀ ਉਹ ਰਸੋਈ ਦੇ ਡੱਬਿਆਂ ਪਿੱਛੇ ਲੁਕ ਜਾਂਦੀਆਂ ਸਨ ਚੁੰਨੀ ਤੇ ਮੁੰਨੀ ਕੀੜੇ ਮਕੌੜੇ ਖਾਂਦੀਆਂ ਸਨ ਉਹ ਅਕਸਰ ਕਾਕਰੋਚਾਂ ਨੂੰ ਫੜਦੀਆਂ ਦਿਸਦੀਆਂ ਸਨ ਚੁੰਨੀ ਕਾਕਰੋਚ ਨੂੰ ਮੂੰਹ ਚ ਫੜ ਲੈਂਦੀ ਮੁੰਨੀ ਮੱਛਰ ਨੂੰ ਫੜਦੀ ਤੇ ਝਟ ਖਾ ਜਾਂਦੀ ਚੁੰਨੀ ਇੱਕ ਦਿਨ ਮੁੰਨੀ ਦੇ ਪਿੱਛੇ ਭੱਜ ਰਹੀ ਸੀ ਕਾਜਲ ਨੂੰ ਲੱਗਿਆ ਜਿਵੇਂ ਉਹ ਫੜਨ ਫੜਾਈ ਖੇਡ ਰਹੀਆਂ ਹੋਣ ਮੁੰਨੀ ਕੰਦ ਤੇ ਤੇਜ਼-ਤੇਜ਼ ਭੱਜੀ ਜਾ ਰਹੀ ਸੀ ਚੁੰਨੀ ਉਸਦੇ ਪਿੱਛੇ-ਪਿੱਛੇ ਸੀ ਅਚਾਨਕ ਚੁੰਨੀ ਤੇ मुन्नी ਅਲੱਗ-ਅਲੱਗ ਹੋ ਗਈਆਂ ਕਾਜਲ ਨੇ ਦੇਖਿਆ ਕਿ मुन्नी ਦੀ ਪੂਛ ਗਾਇਬ ਸੀ ਚੁੰਨੀ ਦੇ ਮੂੰਹ ਵਿੱਚ मुन्नी ਦੀ ਪੂਛ ਸੀ मुन्नी ਦੀ ਪੂਛ ਕੱਟੀ ਗਈ ਸੀ ਕਾਜਲ ਜ਼ੋਰ-ਜ਼ੋਰ ਦੀ ਰੋਲਾ ਪਾਉਣ ਲੱਗੀ ਰਾਜਨ ਭੱਜ ਕੇ ਆਇਆ ਕਾਜਲ ਬਹੁਤ ਘਬराई ਹੋਈ ਸੀ ਉਸਨੇ ਦੱਸਿਆ ਕਿ ਚੁੰਨੀ ਨੇ मुन्नी ਦੀ ਪੂਛ ਖਾ ਲਈ ਹੈ ਰਾਜਨ ਨੇ ਬਿਨਾ ਪੂਛ ਦੀ मुन्नी ਵੇਖੀ ਦੋਵੇਂ ਬਹੁਤ ਦੁਖੀ ਹੋਏ मुन्नी ਫਿਰ ਵੀ ਇੱਧਰ ਉੱਧਰ ਦੌੜ ਰਹੀ ਸੀ ਚੁੰਨੀ ਕਿਤੇ ਲੁਕ ਗਈ ਸੀ ਰਾਤ ਨੂੰ ਰਾਜਨ मुन्नी ਦੀ ਪੂਛ ਬਾਰੇ ਸੋਚਦਾ ਰਿਹਾ ਕਾਜਲ ਵੀ मुन्नी ਦੀ ਪੂਛ ਬਾਰੇ ਸੋਚ ਰਹੀ ਸੀ ਦੋਹਾਂ ਨੂੰ ਚੁੰਨੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ मुन्नी ਵਾਰੇ ਗੱਲਾਂ ਕਰਦੇ ਕਰਦੇ ਸੌਂ ਗਏ ਸਵੇਰੇ ਉੱਠਦੇ ਹੀ ਦੋਵੇਂ मुन्नी ਨੂੰ ਲੱਭਣ ਲੱਗੇ मुन्नी ਰਸੋਈ ਦੀ ਦੀਵਾਰ ਤੇ ਸੀ ਉਹ ਰੋਜ਼ ਦੀ ਤਰ੍ਹਾਂ ਮੱਛਰ ਖਾਰੇ ਸੀ ਚੁੰਨੀ ਛੱਤ ਨਾਲ ਪੁੱਠੀ ਚਿਪਕੀ ਹੋਈ ਸੀ ਕਾਜਲ ਤੇ ਰਾਜਨ ਰੋਜ਼ मुन्नी ਨੂੰ ਵੇਖਦੇ ਰਹਿੰਦੇ ਸਨ ਉਹ ਚੁੰਨੀ ਨਾਲ ਅਜੇ ਵੀ ਨਰਾਜ਼ ਸਨ ਇੱਕ ਦਿਨ मुन्नी ਬਹੁਤ ਥੱਲੇ ਆ ਕੇ ਕਾਕਰੋਚ ਫੜ ਰਹੀ ਸੀ ਰਾਜਨ ਦੀ ਨਿਗਾ ਉਸ ਤੇ ਪਈ ਰਾਜਨ ਨੇ ਵੇਖਿਆ ਕਿ मुन्नी ਦੀ ਨਵੀਂ ਪੂਛ ਆ ਗਈ ਸੀ ਉਹ ਕਾਜਲ ਨੂੰ ਬੁਲਾ ਕੇ ਲਿਆਇਆ ਕਾਜਲ ਨੇ ਵੀ मुन्नी ਦੀ ਛੋਟੀ ਜਿਹੀ ਪੂਛ ਦੇਖੀ ਦੋਵੇਂ ਸਮਝ ਗਏ ਕਿ ਕਿਰਲੀ ਦੇ ਨਵੀਂ ਪੂਸ਼ ਆ ਜਾਂਦੀ ਹੈ ਪਿਆਰੇ ਬੱਚਿਓ ਹੁਣ ਸਮਾਂ ਹੈ ਇਸ ਹਫਤੇ ਦੀ ਗਤੀਵਿਧੀ ਜਾਣਨ ਦਾ ਜਿਸ ਦਾ ਨਾਂ ਹੈ ਸਿਰਲੇਖ ਦਰਖਤ ਬੱਚਿਓ ਇੱਕ ਕਹਾਣੀ ਦੇ ਅਨੇਕਾਂ ਸਿਰਲੇਖ ਹੋ ਸਕਦੇ ਹਨ ਜਿਸ ਤਰ੍ਹਾਂ ਅੱਜ ਜਿਹੜੀ ਕਹਾਣੀ ਤੁਸੀਂ ਸੁਣੀ ਉਸ ਦੇ ਹੋਰ ਕਿਹੜੇ-ਕਿਹੜੇ ਸਿਰਲੇਖ ਹੋ ਸਕਦੇ ਹਨ ਉਸ ਬਾਰੇ ਸੋਚੋ ਆਪਣੀ ਕਾਪੀ ਦੇ ਉੱਤੇ ਇੱਕ ਦਰਖਤ ਬਣਾ ਕੇ ਉਸ ਵਿੱਚ ਸੋਚੇ ਹੋਏ ਸਿਰਲੇਖਾਂ ਨੂੰ ਭਰੋ ਇਸ ਤਰ੍ਹਾਂ ਸਿਰਲੇਖ ਡਰਖਤ ਤਿਆਰ ਹੋ ਜਾਵੇਗਾ ਫਿਰ ਮਿਲਾਂਗੇ ਧੰਨਵਾਦ